ਦਿਓਬੰਦ ਸਾਡੇ ਭਾਈ ਕਹਿੰਦੇ ਨੇ ਕਿ ਜਨਾਜ਼ੇ ਤੋਂ ਬਾਅਦ ਦੁਆ ਜਿਹੜੀ ਹੈ ਉਹ ਜਾਇਜ਼ ਨਹੀਂ, ਬਿਦਅਤ ਹੈ। ਜਨਾਜ਼ੇ ਤੋਂ ਫੌਰਨ ਬਾਅਦ ਜਿਹੜੀ ਮੰਗੀ ਜਾਂਦੀ ਉਹ ਦੁਆ ਨਹੀਂ ਕਰਨੀ ਚਾਹੀਦੀ। ਔਰ ਪਹਿਲੇ ਨੰਬਰ 'ਤੇ ਮੌਲਾਨਾ ਤਾਰਕ ਜਮੀਲ ਸਾਹਿਬ, ਅੱਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਉਹਨਾਂ ਜਨਾਜ਼ੇ ਤੋਂ ਬਾਅਦ ਆਪਣੇ ਬੇਟੇ 'ਤੇ, ਜਨਾਜ਼ੇ ਤੋਂ ਬਾਅਦ ਨਾ ਜਨਾਜ਼ਾ ਪੜ੍ਹਾ ਕੇ ਆਪਣੇ ਬੇਟੇ ਦਾ, ਅਤੇ ਜਨਾਜ਼ੇ ਤੋਂ ਫੌਰਨ ਬਾਅਦ ਦੁਆ ਕੀਤੀ। ਇਹ ਦਿਓਬੰਦ ਹਜ਼ਰਾਤ ਦੇ ਚੋਟੀ ਦੇ ਆਲਮੇ ਦੀਨ ਮੌਲਾਨਾ ਤਾਰਕ ਜਮੀਲ ਸਾਹਿਬ, ਇਹਨਾਂ ਆਪਣੇ ਬੇਟਾ ਦਾ ਜਨਾਜ਼ਾ ਪੜ੍ਹਾਇਆ ਰੋਂਦਿਆਂ ਆਹੋਜ਼ਾਰੀ ਵਿੱਚ, ਕਿਉਂਕਿ ਬਾਪ ਸੀ ਨਾ ਉਹ, ਤਾਂ ਬਾਪ ਨੂੰ ਪਤਾ ਬੇਟੇ ਦਾ ਦਰਦ ਕੀ ਹੁੰਦਾ, ਬੇਟੇ ਦੀ ਜੁਦਾਈ ਦਾ। ਔਰ ਜਨਾਜ਼ਾ ਪੜ੍ਹਾਉਣ ਤੋਂ ਬਾਅਦ ਮੌਲਾਨਾ ਤਾਰਕ ਜਮੀਲ ਸਾਹਿਬ ਨੇ ਹੱਥ ਚੁੱਕ ਕੇ ਦੁਆ ਕੀਤੀ, ਬੜੀ ਲੰਬੀ ਦੁਆ ਕੀਤੀ, ਉਹ ਨੈੱਟ 'ਤੇ ਮੌਜੂਦ ਹੈ, ਯੂਟਿਊਬ 'ਤੇ ਮੌਜੂਦ ਹੈ, ਦੱਸਣ ਦੀ ਲੋੜ ਨਹੀਂ। ਔਰ ਦੁਆ ਕੀਤੀ ਜਨਾਜ਼ੇ ਤੋਂ ਬਾਅਦ ਮੌਲਾਨਾ ਤਾਰਕ ਜਮੀਲ ਸਾਹਿਬ ਨੇ, ਔਰ ਇਸ ਬਾਤ ਦੀ ਗਵਾਹੀ ਦਿੱਤੀ, ਅਸੀਂ ਉਹਦੀ ਉਹਨਾਂ ਦੀ ਹਮਾਇਤ ਕਰਨੇ ਇਸ ਅਮਲ ਦੇ ਅੰਦਰ, ਕਿ ਉਹਨਾਂ ਬਿਲਕੁਲ ਹੱਕ ਅਮਲ ਕੀਤਾ। ਔਰ ਜਨਾਜ਼ੇ ਤੋਂ ਬਾਅਦ ਦੁਆ ਮੰਗਣਾ ਜਾਇਜ਼ ਹੈ, ਜਨਾਜ਼ੇ ਤੋਂ ਬਾਅਦ ਦੁਆ ਮੰਗਣਾ ਜਾਇਜ਼ ਹੈ, ਜਾਇਜ਼ ਹੈ। ਅਤੇ ਮੌਲਾਨਾ ਤਾਰਕ ਜਮੀਲ ਸਾਹਿਬ ਨੇ ਕੀਤੀ ਹੈ ਨਾ, ਉਹ ਦਿਓਬੰਦ ਦੇ ਆਲਮੇ ਦੀਨ ਨੇ, ਬਹੁਤ ਵੱਡੇ ਇੱਜ਼ਤਦਾਰ ਆਲਮੇ ਦੀਨ ਨੇ, ਦਿਓਬੰਦ ਦੇ ਅੰਦਰ ਸਾਰੇ ਉਹਨਾਂ ਨੂੰ ਫਾਲੋ ਕਰਦੇ ਨੇ, ਲੋਕ ਉਹਨਾਂ ਨੂੰ ਸੁਣਦੇ ਨੇ। ਉਹਨਾਂ ਜਨਾਜ਼ੇ ਤੋਂ ਬਾਅਦ ਦੁਆ ਮੰਗੀ, ਇਹ ਦੁਆ ਮੰਗ ਕੇ ਦੱਸਿਆ ਬਈ ਜਨਾਜ਼ੇ ਤੋਂ ਬਾਅਦ ਦੁਆ ਮੰਗਣਾ ਬਿਦਅਤ ਨਹੀਂ, ਅਗਰ ਬਿਦਅਤ ਹੁੰਦੀ ਤਾਂ ਮੌਲਾਨਾ ਤਾਰਕ ਜਮੀਲ ਸਾਹਿਬ ਦਿਓਬੰਦ ਹਜ਼ਰਾਤ ਦੇ ਉਹ ਦੁਆ ਨਾ ਮੰਗਦੇ, ਉਹਨਾਂ ਦੁਆ ਕੀਤੀ ਜੇ ਜਨਾਜ਼ੇ ਦੇ ਫੌਰਨ ਬਾਅਦ। ਇਸ ਅਮਲ ਦਾ ਸਬੂਤ ਹੈ ਕਿ ਅਹਲੇ ਸੁਨਤ ਜਿਹੜਾ ਕੰਮ ਕਰਦੇ ਨੇ ਉਹ ਸੁਨਤ ਮੁਤਾਬਕ ਕਰਦੇ ਨੇ, ਕੋਈ ਗੈਰ ਨਹੀਂ ਕਰਦੇ। ਪਹਿਲੀ ਬਾਤ ਉਹਨਾਂ ਇਹ ਕੀਤੀ ਕਿ ਜਨਾਜ਼ੇ ਤੋਂ ਬਾਅਦ ਦੁਆ ਕੀਤੀ, ਉਹ ਬਹੁਤ ਅੱਛਾ ਉਹਨਾਂ ਦਾ ਅਮਲ ਸੀ, ਅੱਲਾ ਉਹਨਾਂ ਦੀ ਦੁਆਵਾਂ ਨੂੰ ਕਬੂਲ ਫਰਮਾਏ ਉਹਨਾਂ ਦੇ ਬੇਟੇ ਆਸਮ ਜਮੀਲ ਦੇ ਹੱਕ ਵਿੱਚ। ਔਰ ਦੂਸਰਾ ਕੰਮ ਜਿਹੜਾ ਉਹਨਾਂ ਕੀਤਾ, ਜਨਾਜ਼ੇ ਤੋਂ ਬਾਅਦ ਉਹਨਾਂ ਐਲਾਨ ਕੀਤਾ ਬਈ ਦੂਸਰੇ ਜਾਂ ਤੀਸਰੇ ਦਿਨ ਮੇਰੇ ਬੇਟੇ ਦਾ ਕੁਰਾਨ ਖਾਨੀ ਕੀਤੀ ਜਾਏਗੀ। ਇਹ ਵੀ ਵੇਖੋ ਸੱਚ ਤੁਹਾਡੇ ਸਾਹਮਣੇ ਦੱਸਣ ਲੱਗਾ, ਹੱਕ ਕੀ ਹੈ ਸੱਚ ਕੀ ਹੈ। ਮੌਲਾਨਾ ਤਾਰਕ ਜਮੀਲ ਸਾਹਿਬ ਨੇ ਕਿਸੇ ਕੋਲ ਐਲਾਨ ਨਹੀਂ ਕਰਵਾਇਆ ਵੀ ਮੌਲਵੀ ਸਾਹਿਬ ਤੁਸੀਂ ਕਰ, ਖੁਦ ਐਲਾਨ ਕੀਤਾ ਸਪੀਕਰ ਦੇ ਅੰਦਰ ਕਿ ਫਲਾਣੇ ਦਿਨ ਮੇਰਾ ਬੇਟਾ ਜਿਹੜਾ ਦੁਨੀਆ ਤੋਂ ਰਹਿਲਤ ਕਰ ਗਿਆ ਆਸਮ ਜਮੀਲ, ਉਹਦੀ ਕੁਰਾਨ ਖਾਨੀ ਕੀਤੀ ਜਾਏਗੀ। ਕੁਰਾਨ ਖਾਨੀ ਦੇ ਨਾਲ ਉਹਨਾਂ ਬਕਾਇਦਾ ਲਫ਼ਜ਼ ਬੋਲਿਆ ਕਿ ਜਿਹਨੂੰ ਖਤਮ ਕਿਹਾ ਜਾਂਦਾ, ਖਤਮ ਸ਼ਰੀਫ, ਇਹ ਵੀ ਲਫ਼ਜ਼ ਮੌਜੂਦ ਹੈ ਵੀਡੀਓ, ਕਿਉਂਕਿ ਸਬੂਤ ਦੇ ਅੰਦਰ ਆ ਗਈ ਹੈ ਨਾ ਗੱਲ, ਹੁਣ ਤਾਂ ਗੱਲ ਉਹ ਕੋਈ ਨਹੀਂ ਰਹੀ। ਉਹਨਾਂ ਕਿਹਾ ਜੀ ਫਲਾਣੇ ਦਿਨ ਮੇਰੇ ਬੇਟੇ ਦੀ ਕੁਰਾਨ ਖਾਨੀ ਹੋਵੇਗੀ, ਜਿਹਨੂੰ ਖਤਮ ਕਿਹਾ ਜਾਂਦਾ ਉਹ ਹੋਵੇਗਾ। ਔਰ ਬਕਾਇਦਾ ਤੌਰ 'ਤੇ ਜਿਸ ਤਰ੍ਹਾਂ ਅਸੀਂ ਕੁੱਲ ਸ਼ਰੀਫ ਦਾ ਖਤਮ ਕਰਦੇ ਹਾਂ, ਦਸਵੇਂ ਸ਼ਰੀਫ ਦਾ ਖਤਮ ਕਰਦੇ ਹਾਂ, ਬਿਲਕੁਲ ਉਸੇ ਤਰ੍ਹਾਂ ਪੰਡਾਲ ਸਜਿਆ, ਸਟੇਜ ਸਜਿਆ, ਉਹਨਾਂ ਨੇ ਪੂਰਾ ਘੰਟਾ ਤਕਰੀਰ ਕੀਤੀ ਉਹਦੇ ਵਿੱਚ, ਔਰ ਆਪਣੇ ਬੇਟੇ ਦੀਆਂ ਖੂਬੀਆਂ ਦੱਸੀਆਂ ਕਿ ਮੇਰੇ ਬੇਟੇ ਦੇ ਅੰਦਰ ਇਹ ਵੀ ਖੂਬੀਆਂ ਸਨ, ਇਹ ਵੀ ਖੂਬੀਆਂ। ਚਲੋ ਇਹ ਵੀ ਪਤਾ ਲੱਗ ਗਿਆ ਵੀ ਸੁੰਨੀ ਜਿਹੜੇ ਖਤਮ ਦਵਾਉਂਦੇ ਨੇ ਨਾ ਬਿਦਅਤ ਨਹੀਂ। ਹੁਣ ਤਾਂ ਦਿਓਬੰਦ ਦਾ ਚੋਟੀ ਦਾ ਆਲਮ ਹੈ ਨਾ ਜੀ, ਮੌਲਾਨਾ ਤਾਰਕ ਜਮੀਲ ਸਾਹਿਬ ਤਾਂ ਕਿਸੇ ਕੋਲ ਛੁੱਪੇ ਹੀ ਨਹੀਂ ਨਾ, ਬਕਾਇਦਾ ਵੀਡੀਓ ਚੜੀਆਂ ਨੇ, ਹਰ ਚੀਜ਼ ਸਬੂਤ ਨਾਲ ਸਾਹਮਣੇ ਆ ਗਈ। ਉਹ ਯਾਰ ਜੇ ਖਤਮ ਦਵਾਉਣਾ ਜਾਇਜ਼ ਨਹੀਂ, ਬਿਦਅਤ ਹੈ। ਜਿਹੜੇ ਬਿਦਅਤ ਕਹਿੰਦੇ ਸੁਣੋ, ਉਹਨਾਂ ਦਾ ਚੋਟੀ ਦਾ ਆਲਮੇ ਦੀਨ ਆਪਣੇ ਪੁੱਤਰ ਦਾ ਖਤਮ ਪਿਆ ਦਵਾਉਂਦਾ, ਕੁਰਾਨ ਖਾਨੀ ਪਿਆ ਕਰਦਾ, ਅਤੇ ਪਤਾ ਇਹ ਲੱਗ ਗਿਆ ਕਿ ਅਹਲੇ ਸੁਨਤ ਵਾ ਜਮਾਤ ਹੱਕ ਜਮਾਤ ਏ ਸੱਚ ਜਮਾਤ ਏ। ਵਗਰਨਾ ਖਤਮ ਜਾਇਜ਼ ਨਾ ਹੁੰਦਾ ਤਾਂ ਕੱਲ ਹੀ ਮੌਲਾਨਾ ਤਾਰਕ ਜਮੀਲ ਸਾਹਿਬ ਕਰ ਦਿਓ, ਕਹਿੰਦੇ ਠੀਕ ਹੈ ਜੀ, ਬਸ ਦੁਨੀਆ ਤੋਂ ਟੁਰ ਗਿਆ। ਕੁਰਾਨ ਖਾਨੀ ਵੀ ਕੀਤੀ ਹੈ, ਬਕਾਇਦਾ ਤਕਰੀਰ ਵੀ ਹੋਈ ਹੈ, ਦੁਆ ਵੀ ਕੀਤੀ ਗਈ, ਸਾਰਾ ਅਮਲ ਕੀਤਾ ਗਿਆ। ਔਰ ਇਸ ਵਾਸਤੇ ਇਹ ਉਹਨਾਂ ਦੱਸਿਆ ਪੂਰੇ ਦਿਓਬੰਦ ਹਜ਼ਰਾਤ ਨੂੰ ਕਿ ਖਤਮ ਦਵਾਉਣਾ ਇਹ ਬਿਦਅਤ ਨਹੀਂ, ਜਨਾਜ਼ੇ ਤੋਂ ਬਾਅਦ ਦੁਆ ਮੰਗਣੀ ਇਹ ਬਿਦਅਤ ਨਹੀਂ, ਜਨਾਜ਼ੇ ਤੋਂ ਬਾਅਦ ਮੌਲਾਨਾ ਸਾਹਿਬ ਨੇ ਦੁਆ ਵੀ ਕੀਤੀ ਜੇ ਪੁੱਤਰ ਦੇ ਜਨਾਜ਼ੇ ਤੋਂ ਫੌਰਨ ਬਾਅਦ, ਔਰ ਖਤਮ ਵੀ ਦਵਾਇਆ ਜੇ। ਯੂਟਿਊਬ 'ਤੇ ਤੁਸੀਂ ਸੱਚ ਮਾਰੋ, ਸਾਰਾ ਯੂਟਿਊਬ ਭਰਿਆ ਪਿਆ ਵੇ, ਅਤੇ ਅਸੀਂ ਇਹਨਾਂ ਦੇ ਇਸ ਅਮਲ ਦੀ ਹਮਾਇਤ ਕਰਨੇ, ਉਹਨਾਂ ਬਹੁਤ ਅੱਛਾ ਅਮਲ ਕੀਤਾ, ਇਤਦਾਲ ਦਾ ਅਮਲ ਕੀਤਾ, ਅੱਲਾ ਪਾਕ ਕਬੂਲ ਫਰਮਾਏ ਇਸ ਅਮਲ ਨੂੰ, ਅੱਲਾ ਉਹਨਾਂ ਨੂੰ ਸਬਰੇ ਜਮੀਲ ਅਤਾ ਫਰਮਾਏ, ਉਹਨਾਂ ਦੀ ਪੂਰੀ ਫੈਮਿਲੀ ਨੂੰ ਅੱਲਾ ਸਬਰੇ ਜਮੀਲ ਅਤਾ ਫਰਮਾਏ, ਔਰ ਸਬਰ ਦੇ ਉੱਤੇ ਅੱਲਾ ਅਜਰ ਵੀ ਅਤਾ ਫਰਮਾਏ। ਉਹਨਾਂ ਦਾ ਬੇਟਾ ਜਿਹੜਾ ਬਾਪ ਕੋਲੋਂ ਜੁਦਾ ਹੋਇਆ, ਮਾਂ ਕੋਲੋਂ ਜੁਦਾ ਹੋਇਆ, ਭੈਣਾਂ ਭਾਈਆਂ ਕੋਲੋਂ ਜੁਦਾ ਹੋਇਆ, ਅੱਲਾ ਉਸ ਬੇਟੇ ਦੀ ਵੀ ਕਾਮਲ ਬਖਸ਼ਿਸ਼ ਉਹ ਮਗਫਰਤ ਫਰਮਾਏ, ਕਿਉਂਕਿ ਉਹਦੇ ਜਨਾਜ਼ੇ ਤੋਂ ਬਾਅਦ ਵੀ ਦੁਆ ਮੰਗੀ ਗਈ ਹੈ, ਖੁਦਾ ਖਤਮ ਵੀ ਪੜਿਆ ਗਿਆ ਵੇ, ਸਾਰਾ ਕੁਝ ਕੀਤਾ ਗਿਆ ਹੈ।